ਤੇ ਆ ਤੁਸੀਂ ਵੇਖ ਲਓ ਟਰਾਲੀ ਦੀ ਲੰਬਾਈ ਬਹੁਤ ਹੈ ਪਰ ਫਿਰ ਵੀ ਵੇਖਣ ਚ ਸੋਹਣੀ ਲੱਗਦੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਲੋ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਮੌਕੇ ਤੇ ਸੀਨ ਇਦਾਂ ਆਪਣੇ ਅਰਜਨ ਨੋਵੋ ਤੋਂ ਰਿਲੇਟਡ ਵੀ ਮੈਂ ਕਿਹਾ ਸੀ ਕਮੈਂਟ ਕਰ ਲਈ ਕਿ ਇਹਨੂੰ ਕਾਤੋਂ ਥੱਲੇ ਲਾਇਆ ਤੇ ਉਹ ਲਗਭਗ ਜਿਨ੍ਹਾਂ ਨੇ ਵੀ ਗੈਸ ਕੀਤਾ ਸਾਰਾ ਸਹੀ ਗੈਸ ਕੀਤਾ ਫਰੰਟ ਐਕਸਲ ਵਾਸਤੇ। ਆਹ ਦੇਖੋ ਫਰੰਟ ਐਕਸਲ ਦੇ ਹਾਲਾਤ ਕੀ ਹੋਏ ਪੈਣ ਇਹਦੇ। ਹੁਣ ਆ ਪ੍ਰੋਪਰ ਇਹਦਾ ਫਰੰਟ ਐਕਸਲ ਆਪਾਂ ਨੂੰ ਤਿਆਰ ਕਰਨਾ ਪੈਣਾ ਤੇ ਇਹਦੇ 'ਚ ਹੋ ਸਕਦਾ ਥੋੜ੍ਹਾ ਟਾਈਮ ਵੀ ਲੱਗ ਜੇ, ਇਸ ਕਰਕੇ ਬੈਕ ਪਾਸ ਤੇ ਮੈਂ ਇੱਕ ਨੋਰਮਲ ਸਿੰਪਲ ਐਕਸਲ ਵੀ ਇਹਦਾ ਤਿਆਰ ਰੱਖਾਂਗਾ। ਠੀਕ ਹੈ, ਮੈਂ ਉਹਦੇ 'ਤੇ ਵੀ ਕੰਮ ਕਰਾਂਗਾ ਕਿ ਇਨ ਫਿਊਚਰ ਜੇ ਜ਼ਿਆਦਾ ਟਾਈਮ ਲੱਗ ਜਾਣ 4x4 ਤਿਆਰ ਕਰਨ 'ਚ ਤੇ ਕਮ ਸੇ ਕਮ ਆਪਾਂ ਯੂਜ਼ ਤੇ ਕਰ ਸਕੀਏ ਵੀ ਵੀਡੀਓ 'ਤੇ ਸ਼ੂਟ ਕਰ ਸਕੀਏ ਇਹਨਾਂ ਦੇ ਫਰੰਟ 'ਤੇ ਨੋਰਮਲ ਜਿਹੜਾ ਐਕਸਲ ਹੁੰਦਾ ਆਪਣਾ ਉਹ ਲਾ ਕੇ। ਠੀਕ ਹੈ, ਅਤੇ ਬਾਕੀ ਮੈਂ ਤਾਂ ਕੋਸ਼ਿਸ਼ ਕਰਾਂ ਕਿ ਛੇਤੀ ਤੋਂ ਛੇਤੀ ਕੰਮ ਨਿਬੜ ਜੇ ਇਹਦਾ, ਬਾਕੀ ਦੇਖਦੇ ਹਾਂ ਹਜੇ ਤਾਂ ਕੰਮ ਸ਼ੁਰੂ ਵੀ ਨਹੀਂ ਕੀਤਾ ਨਿਬੜਨ ਦਾ ਤਾਂ ਕੀ ਹੈ। ਅਤੇ ਅੱਜ ਪਹਿਲਾ ਕੰਮ ਵੈਸੇ ਤਾਂ ਆਪਾਂ ਕਰਨਾ ਆਪਣੇ ਟਰਾਲਿਆਂ 'ਤੇ, ਅਤੇ ਇਹਨੂੰ ਵੈਸੇ ਉੱਤੇ ਰੱਖਣਾ ਸੀ ਪਰ ਉੱਤੇ ਮੌਕੇ 'ਤੇ ਜਗ੍ਹਾ ਹੈ ਨਹੀਂ, ਜਗ੍ਹਾ ਬਣਾਉਣੀ ਪੈਣੀ ਹੈ ਅਤੇ ਇਸ ਕਰਕੇ ਫਿਲਹਾਲ ਇਹਨਾਂ ਨੂੰ ਇੱਥੇ ਰੱਖਿਆ ਹੋਇਆ ਮੈਂ। ਪਰ ਆਪਾਂ ਨੂੰ ਇਹ ਚੱਕਣੇ ਪੈਣੇ ਆ, ਦੋਵੇਂ ਤਾਂ ਨਹੀਂ, ਕਬੋਟਾ ਚੱਕਦਾ ਮੈਂ ਕਿਉਂਕਿ ਆ ਤਿੰਨੇ ਟਰਾਲੇ ਥੱਲੇ ਲਾਉਣੇ ਨੇ ਅਤੇ ਫਿਰ ਮੇਜ਼ 'ਤੇ ਜ਼ਿਆਦਾ ਜਗ੍ਹਾ ਬਚਣੀ ਨਹੀਂ। ਅਤੇ ਇੱਥੇ ਥੋੜ੍ਹੀ ਐਡਜਸਟਮੈਂਟ ਕਰੀਏ ਆਪਾਂ, ਇੱਕ ਦੋ ਟਰੈਕਟਰ ਇੱਧਰ ਉੱਧਰ ਕਰਨੇ ਪੈਣੇ ਆਪਾਂ ਨੂੰ ਕਿਉਂਕਿ ਇੱਥੇ ਤਾਂ ਜਗ੍ਹਾ ਹੈ ਨਹੀਂ ਗੀ, ਜਾਂ ਇੱਥੇ ਜਗ੍ਹਾ ਬਣਾ ਲਈਏ ਆਪਾਂ। ਸਭ ਤੋਂ ਪਹਿਲਾਂ ਤਾਂ ਲਾਈਟ ਜਗਾਈਏ, ਹਾਂ ਹੁਣ ਸੈੱਟ ਹੈ। ਅਤੇ ਇਹਦੇ ਵਿੱਚ ਨਾ ਇੱਕ ਟਰੈਕਟਰ ਇੱਦਾਂ ਦਾ ਜਿਹੜਾ ਰਿਮੋਟ ਕੰਟਰੋਲ ਨਹੀਂ ਗਾ ਅਤੇ ਉਹ ਲੁੱਕ ਕੇ ਇੱਥੇ ਬੈਠਾ ਹੋਇਆ ਇੱਕ ਪਾਸੇ, ਆ ਦੇਖੋ। ਅਤੇ ਹੁਣ ਮੈਨੂੰ ਲੱਗਦਾ ਇਹਦੀ ਵਾਰੀ ਆ ਗਈ ਹੈ ਬਾਹਰ ਨਿਕਲਣ ਦੀ, ਕਿਉਂਕਿ ਇਸ ਕਲੈਕਸ਼ਨ ਦੇ ਵਿੱਚ ਨਾ ਆਪਾਂ ਸਾਰੇ ਰਿਮੋਟ ਵਾਲੇ ਟਰੈਕਟਰ ਰੱਖਣੇ ਨੇ। ਬਾਕੀ ਤੂੰ ਨਾਰਾਜ਼ ਨਹੀਂ ਹੋਣਾ, ਛੇਤੀ ਤੈਨੂੰ ਰਿਮੋਟ ਵਾਲਾ ਬਣਾ ਦਾਂਗੇ ਆਪਾਂ। ਠੀਕ ਆ, ਮੌਕੇ 'ਤੇ ਹੁਣ ਉੱਤੇ ਜਗ੍ਹਾ ਬਣਾਈਏ, ਇੱਕ ਟਰੈਕਟਰ ਉੱਥੋਂ ਚੱਕੀਏ, ਉੱਥੋਂ ਉਹ ਚੱਕੀਏ ਜਿਹੜਾ ਟਰੈਕਟਰ ਹੈ ਹੀ ਨਹੀਂ ਗਾ, ਜਿੱਦਾਂ ਕਿ ਆ ਮੌਕੇ 'ਤੇ ਟਰੈਕਟਰ ਨਹੀਂ ਗਾ, ਬਸ ਇਹ ਬੋਡੀ ਆ ਇਕੱਲੀ ਇੱਦਾਂ ਦੀ। ਅਤੇ ਇਹਨੂੰ ਆਪਾਂ ਨਾ ਉਹ ਉੱਥੇ ਪਿੱਛੇ ਰੱਖਦੇ ਹਾਂ। ਚਲੋ ਮੈਂ ਇਹਨੂੰ ਐਡਜਸਟ ਕਰਦਾ ਵਾਂ। ਠੀਕ ਆ, ਪਹਿਲਾਂ ਇੱਥੇ ਜਗ੍ਹਾ ਬਣਾ ਲਈਏ ਆਪਾਂ, ਆ ਜਾ ਵੀ। ਵੈਸੇ ਤਾਂ ਆ ਹੋਲੈਂਡ ਨਾਲ ਹਜੇ ਵੀਡੀਓ ਸ਼ੂਟ ਕਰਨੀ ਹੈ, ਇਹਦੇ ਬੜੇ ਕਮੈਂਟ ਆਏ ਹੋਏ ਨੇ ਕਿ ਇਹਨੂੰ ਵੀ ਚਲਾਓ ਇਹਨੂੰ ਵੀ ਚਲਾਓ। ਮੈਂ ਦੇਖਦਾ ਵਾਂ ਇੱਕ ਦੋ ਦਿਨਾਂ ਦੇ ਵਿੱਚ ਨਾ ਇਹਦਾ ਵੀ ਕੰਮ ਕਰਦੇ ਹਾਂ। ਇਹਦੇ 'ਚ ਵੈਸੇ ਤਾਂ ਰਿਸੀਵਰ ਵਗੈਰਾ ਰੱਖਣਾ ਹਜੇ, ਬਾਕੀ ਉਹ ਰੱਖ ਕੇ ਅਤੇ ਛੇਤੀ ਸ਼ੂਟ ਕਰਦੇ ਇਹਦੇ ਨਾਲ ਵੀਡੀਓ ਇੱਕ। ਠੀਕ ਆ ਮੁੰਡਿਓ, ਅਤੇ ਚਲੋ ਵੀ 855 ਦੋਵੇਂ ਇਕੱਠੇ ਇਕੱਠੇ ਰਹਿਣ ਦਿੰਦੇ ਆਪਾਂ, ਅੱਡੋ ਅੱਡ ਨਹੀਂ ਕਰਦੇ। ਚੱਲ ਵੀ ਕਬੋਟਾ ਸਿੰਘ ਤੂੰ ਆ ਜਾ, ਰੱਖਣ ਤੋਂ ਪਹਿਲਾਂ ਇਹਦੇ 'ਤੇ ਛਤਰੀ ਲਾ ਲਈਏ ਆਪਾਂ। ਚਲੋ ਮੈਂ ਹੁੱਡ ਕੱਸ ਕੇ ਅਤੇ ਫਿਰ ਰੱਖਦਾ ਇਹਨੂੰ। ਲਓ ਵੀ ਮੁੰਡਿਓ ਹੁਣ ਓਕੇ ਆ, ਹੁਣ ਲੁੱਕ ਸਹੀ ਆ ਰਹੀ ਹੈ ਇਹਦੀ, ਜਮਾਂ ਰੇੜੀ ਆ। ਵੇਟ ਵੀ ਮੈਨੂੰ ਲੱਗਦਾ ਕਾਫੀ ਹੋ ਗਿਆ ਵੈਸੇ, ਚਲੋ ਇਹਦਾ ਵੇਟ ਵੀ ਕਰ ਹੀ ਲੈਂਦੇ ਆਪਾਂ ਲੱਗਦੇ ਹੱਥ, ਕਿਉਂਕਿ ਮੈਨੂੰ ਲੱਗਦਾ ਪਿਆ ਵੀ ਇਹ ਆਪਣੇ ਕਲੈਕਸ਼ਨ ਦਾ ਦੂਜਾ ਸਭ ਨਾਲੋਂ ਹੈਵੀ ਟਰੈਕਟਰ ਬਣੂਗਾ, ਜਾਂ ਹੋ ਸਕਦਾ ਪਹਿਲਾਂ ਹੀ ਬਣ ਜੇ ਕਿਉਂਕਿ ਮੌਕੇ 'ਤੇ ਤਾਂ ਸਵਰਾਜ ਮੈਨੂੰ ਲੱਗਣ ਦਿਆ ਪਹਿਲੇ ਨੰਬਰ 'ਤੇ। ਬਾਕੀ ਹੁਣੇ ਦੁੱਧ ਦਾ ਦੁੱਧ ਅਤੇ ਦਹੀਂ ਦਾ ਦਹੀਂ ਕਰ ਦਿੰਦੇ ਆਪਾਂ। 1700 ਗ੍ਰਾਮ, 1700 ਗ੍ਰਾਮ ਦਾ ਆਪਣਾ ਕਬੋਟਾ ਜਿਹਦੇ 'ਚ ਫੁੱਲ ਵੇਟ ਹੈ, ਪਿਛਲੇ ਟਾਇਰਾਂ ਦਾ ਵੀ ਵੇਟ ਲੱਗ ਚੁੱਕਿਆ, ਅਗਲੇ 'ਤੇ ਵੀ ਲੱਗ ਚੁੱਕਿਆ। ਠੀਕ ਹੈ, ਅਤੇ ਹੁਣ ਵਾਰੀ ਆਉਂਦੀ ਹੈ ਇਹਦੀ, ਕਿਉਂਕਿ ਮੈਨੂੰ ਧਿਆਨ ਨਹੀਂ ਗਾ ਕਿ ਇਹਦਾ ਵਜਨ ਕਿੰਨਾ। ਤੂੰ ਹੋਲੈਂਡ ਸੀ ਨਾ, ਟੇਢਾ ਜਾ ਕੇ ਖੜ, ਸ਼ੀਸ਼ਾ ਹੀ ਨਹੀਂ ਉਹ ਬੰਦ ਹੋ ਰਿਹਾ। ਸਹੀ ਹੈ, ਆ ਜਾ ਵੀ ਆ ਜਾ, ਮੈਨੂੰ ਵੇਟ ਇਹਦਾ ਵੈਸੇ ਜ਼ਿਆਦਾ ਲੱਗਣ ਦਿਆ ਮੌਕੇ 'ਤੇ, ਉੱਤਰੀ ਨੂੰ ਫਰੰਟ ਤੋਂ ਬਹੁਤ ਭਾਰ ਹੈ ਟਰੇਟਰ। ਉਹ ਬੱਲੇ, ਅਜਾ ਅਜਾ ਅਜਾ, ਜਿੱਤ ਗਿਆ ਇਹ 1878 ਅਤੇ ਆ ਹੈਗਾ ਜੀ ਆਪਣਾ, ਵਿਖਾਈ ਦਿੱਤਾ ਸੀ ਪਹਿਲਾਂ ਵੈਸੇ ਮੈਂ, 1733-35 ਦੇ ਵਿੱਚ, ਯਾਨੀ ਕਿ ਮੌਕੇ 'ਤੇ ਵਿਨਰ ਆ ਆਪਣਾ 855 ਅਤੇ ਹਜੇ ਇਹਦੇ ਪਿਛਲੇ ਟਾਇਰ 'ਚ ਵਜਨ ਹੈ ਹੀ ਨਹੀਂ ਗਾ, ਯਾਨੀ ਪਿਛਲੇ ਟਾਇਰ 'ਚ ਵੇਟ ਨਹੀਂ ਪਾਇਆ ਆਪਾਂ, ਅਤੇ ਜੇ ਪਿਛਲੇ ਟਾਇਰ 'ਚ ਵੇਟ ਪਾ ਦਈਏ ਤਾਂ ਆਰਾਮ ਨਾਲ 3-3.5 ਕਿਲੋ ਟੱਪ ਜੂਗਾ। ਹੁਣ ਮੈਨੂੰ ਡਰ ਲੱਗਣ ਦਿਆ ਇਹਦੇ ਫਰੰਟ ਐਕਸਲ ਤੋਂ ਕਿ ਫਰੰਟ ਐਕਸਲ 'ਚ ਨਾ ਆਪਾਂ ਓਵਰ ਵੇਟ ਕਰਤਾ ਕੰਮ। ਚਲੋ ਕੋਈ ਨਹੀਂ, ਦੇਖਦੇ ਹਾਂ, ਇੱਕ ਦੋ ਵੀਡੀਓ ਸ਼ੂਟ ਕਰਾਂਗਾ ਮੈਂ ਇਹਦੇ ਨਾਲ, ਜ਼ਿਆਦੀਆਂ ਨਹੀਂ ਕਰਦਾ ਇੰਨਾ ਵਜਨ ਪਾ ਕੇ ਨਾ, ਕਿਉਂਕਿ ਬਾਹਲਾ ਜ਼ਿਆਦਾ ਧੱਕਾ ਕੀਤਾ ਅਤੇ ਨੁਕਸਾਨ ਹੀ ਹੋਣਾ, ਫਾਇਦਾ ਤਾਂ ਇਹਦਾ ਕੁਛ ਹੋਣਾ ਨਹੀਂ ਗਾ। ਅਤੇ ਇਸ ਕਰਕੇ ਨਾ ਮੈਂ ਛੇਤੀ ਛੇਤੀ ਇੱਕ ਦੋ ਵੀਡੀਓ ਸ਼ੂਟ ਕਰਦਾ ਇਹਦੇ ਨਾਲ ਅਤੇ ਫਿਰ ਇਹਦਾ ਕੋਈ ਹੋਰ ਹੱਲ ਕਰਦੇ ਹਾਂ, ਵੇਟ ਦਾ ਕੋਈ ਹੋਰ ਬੰਦੋਬਸਤ ਕਰਾਂਗੇ। ਅਤੇ ਹੋ ਸਕਦਾ ਮੈਂ ਸਵਰਾਜ ਨੂੰ ਡਬਲ ਟਾਇਰ ਕਰਦਾ ਫਰੰਟ 'ਤੇ,
बाकी चलो उदो देखांगे आप जो करना हो ना उदो मैं पूछांगा कमेंट कर दो फिर कि सिंगल टायर पाइए डबल टायर पाइए या की करिए ठीक है मौके दे हजे इन्हें तो कोई काम नहीं होना एवं एक दो वीडियो शूट करांगा मैं इन्हें चलो जेडे काम लगे वह करिए छेती छेती गल्लां च बहुत टाइम लग जाता इतने चल भी कबोटा से तू पहुँच टाइम नाल शोकेस च चलो भी ओके दी रिपोर्ट तू चल इतने फिलहाल इन मैं रख के तो सच इन भी रखना है हजे चलो इन मैं उत्ते रख देना जगह बना के इसनू करिए कि इस रख दें इधर चल भी इस से तू हो जा इतें ठीक है आ जा भी जोंडियर से तू खड़ जा इतें चलो ओके आ हुण मैं लाउना ट्राले सारे थले तो इन दे डाइयां लाने ठीक है उन्दे ते लाती सी डई तो आ तीन रह गई ने तिना ट्रालिया तो लाने वाली तो उस दे नाल डई दे थले ना इदा का प्लेटफॉर्म होर लाना तो ये भी चार जस्ट होने जो मैं प्रिंट किए ने इन्हों भी पटदा मैं तो डईया वाला काम नबेड़ दें अपने ट्रालिया लो भी मुंडियो आ देखो तुसी करो चैक इतने तिने ट्राले अपने जड़े ने डईया लग के तैयार हो चुके ने जमा रेडी इदा फोल्ड हो जू करूगी डई तो इदा लग जू करूगी ठीक है तो वैसे तो मैं डई इनकी स्टार्टिंग भी ला सकता जो ट्राला मैं बनाया सी पर ना उदू मेरे दिमाग आ प्लैन नहीं सी कि मैं डई इतने लाऊंगा क्योंकि उदो मैं सोचा है कि डई इतने जमा थले लावे सेंटर च पर ट्राले का ग्राउंड क्लीयरेंस पहले ही बहुत ज़्यादा घट सगा जिन्हें थले इतने डई ला देंगे तो फिर होर घट जाना सगा इस करके उदो फिर मैं डई वाला पंगा लिया ही नहीं तो हूँ मेरे दिमाग च आइडिया आया कि अपना डई थोड़ी जी पिछे करके ला देने क्योंकि इतने स्पेस हैगा थले हम देखो इतने डई जो फोल्ड हो जाती है तो इनकी सीच हो जाती बिल्कुल थले एक्सट्रा नहीं रही इस करके फिर आप लाता जुगाड़ चारे ट्रालिया के ठीक है तो वैसे तो विड लाने का प्लैन हैगा है पर मैं कन्फ्यूज हाँ कि विड लाइए किनू भी कि ट्राले लाइए विड वैसे तो वह ट्राले वधिया लग सकता है नीले नू पर आ जिहड़े ट्राले ने ना आ तीन ये तीन ट्राले ने मिट्टी वाले ठीक है स्पेशल आप मिट्टी वास्ते बनाए थे क्योंकि इन्हां च लिफ्टां लगियां हुई हैं जैक लगे हुए ने अपने ट्रैक्टर जिहड़े आ वड्डे ट्रालियां दे ना दबदे पए सी कुछ उन्हां दी सैटिंग नहीं सी सही बाकी पुराने ब्लॉग जिन्हां वेखण उहनां पता ही होगा तो उदों फिर ना थोड़ी जी सैटिंग की सी आपां ट्रालियां दी आ भी ट्राले उदों थोड़े जे लंबे सीगे ये फिर कट वड करके छोटे कीते ने तो हूँ जो इन्हों के उड लाने ना तो वेखन च सोहने नहीं लगते वेड वास्ते ट्राले की लंबाई थोड़ी जी वध चाहिए आपां नूं तो आ जिहड़ा ट्राला है ये ठीक है वैसे तो ओवरऑल सारा वेख्या जाए पर ना वड्डी कैटेगरी का ट्राला आ जाता है भी वेड वास्ते इनू जो वेड लाने तो ये बाला वड्डा लगता फिर वेड च वेड वास्ते आपां नूं चाहिए इन्हां ट्रालियां तो आ ट्राले के विच दा एक ट्राला भी बाला लंबा भी ना होवे इंदे वांगू तो बाला छोटा भी ना होवे इन्हां ट्रालियां वांगू तो हुण नवां दे मौके ते ट्राला बनो रहा तो आपां नूं इन्हां चों ही किसे इक च जगाड़ लाउणा पैणा तो विड का फिर मैं देखदा वा की प्लैन है हो सकता इंदे ते ला दा मैं विड ट्रैक्टर दे मगर पाया ट्राला इदां दा लगदा हालांकि ट्राला वड्डा है ट्रैक्टर दे मगर चल इत्थी रुक तू आ जा नीला ट्राला हाँ आ फिर भी चल सकदा कितना कितना इंदा जगाड़ फिर भी लग सकता विड दे उत्ते बाला आपां वड्डा विड नहीं ला सकते इनू बिल्कुल निक्का जिहा विड लगूगा एडा कु बस तो देखदा फिर मैं कोई ना कोई जगाड़ लाने आने वाले टाइम जो वीडियो शूट करांगे कमेंट आ रहे थे कि वीडियो शूट करो ट्रालिया विड ला के तो उन्होंने ना झोना भरो तो मैं भी सोचा दिया इदा का कुछ करते हैं आप इस करके अपन विड लाने पैने ने पहला तो आ ट्राले तो शुरू करदा मैं इस ट्राले च विड लाने उदो बाद फिर देखते हैं आ ट्राले तो जो सैट हो गया इन पर भी ला देंगे आ ट्राली जी तो लाने का फायदा नहीं गा तो बाली निक्की होगी ट्राली तो एक ट्राला आप स्पैशल बनाने विड वाला जोड़ा कि आप हजे नहीं बना थोड़ा चिर रोक के बनावे तो देखते हैं चलो की सीन है की बनता है अगे तुम्हें पता लग जाऊ आने वाले टाइम च मौके से हूँ आप विड वाला काम करना है जोड़ा कि अज नहीं करना पर मैं कोशिश करा कि एक दो दिन काम शुरू कर दाँ विड के उत्ते ठीक है तो उस दे नाल ही मैं एक होर नवा इंप्लीमेंट बनाने का सोचन दिया वा कमेंट भी आ रहे थे तो मैं भी सोचा कि आने वाले टाइम च ना उनकी जरूरत है आपां नूं सुपर सीडर पहला मैं सोचा कि छेती हुई एक रोटावेटर बनाने अपने ट्रैक्टर वास्ते क्योंकि लिफ्टां हुण लगभग अपने तीन चार ट्रैक्टर च लग गई ने
ਤੇ ਵਧੀਆ ਚੱਲ ਸਕਦਾ ਰੋਟਾਵੇਟਰ ਤੇ ਫਿਰ ਪਲਾਨ ਚੇਂਜ ਹੋ ਗਿਆ ਹੁਣ ਮੈਂ ਸੋਚਿਆ ਕਿ ਰੋਟਾਵੇਟਰ ਦੇ ਉੱਤੇ ਸੁਪਰ ਸੀਟਰ ਬਣਾ ਦਿੰਦੇ ਹਾਂ ਵੀ ਜ਼ਰੂਰਤ ਪਈ ਤਾਂ ਉਹਨੂੰ ਲਾਤਾ ਇਕੱਲਾ ਰੋਟਾਵੇਟਰ ਯੂਜ਼ ਕਰ ਲਿਆ ਜਦੋਂ ਸ਼ੂਟ ਕਰਨਾ ਸੁਪਰ ਸੀਟਰ ਨਾਲ ਉਦੋਂ ਉਹਨੂੰ ਅਟੈਚ ਕਰਤਾ ਠੀਕ ਹੈ ਨੋਰਮਲੀ ਸਾਰਿਆਂ ਨੂੰ ਪਤਾ ਹੀ ਹੋਊਗਾ ਹੁਣ ਇੱਦਾਂ ਦੇ ਸੁਪਰ ਸੀਟਰ ਆਉਂਦੇ ਨੇ ਵੀ ਜਿਹੜੇ ਸੁਪਰ ਸੀਟਰ ਵੀ ਬਣ ਜਾਂਦੇ ਨੇ ਅਤੇ ਇਕੱਲਾ ਰੋਟਾਵੇਟਰ ਵੀ ਰਹਿ ਜਾਂਦੇ ਨੇ ਅਤੇ ਦੇਖਦਾ ਮੈਂ ਉਹਦੇ 'ਤੇ ਕੰਮ ਸ਼ੁਰੂ ਕਰਾਂਗਾ ਹੁਣ ਡਿਜ਼ਾਇਨ ਆਪਣੇ ਕੋਲ ਮੇਨ ਹੈਗਾ ਸਾਰਾ ਕਿਉਂਕਿ ਪਹਿਲਾਂ ਆਪਾਂ ਇੱਕ ਰੋਟਾਵੇਟਰ ਪ੍ਰਿੰਟ ਕਰ ਚੁੱਕੇ ਹਾਂ ਅਤੇ ਉਹਦਾ ਬਸ ਸਾਈਜ਼ ਹੀ ਆਪਾਂ ਛੋਟਾ ਕਰਨਾ ਹੈ ਠੀਕ ਹੈ ਅਤੇ ਵੈਸੇ ਮੱਥਾ ਮਾਰਨਾ ਪੈਣਾ ਕਿਉਂਕਿ ਉਹ ਜਿਹੜਾ ਰੋਟਾਵੇਟਰ ਆਪਾਂ ਪ੍ਰਿੰਟ ਕੀਤਾ ਸੀ ਉਹ ਨਾ ਦੋ ਟੁਕੜਿਆਂ 'ਚ ਪ੍ਰਿੰਟ ਕੀਤਾ ਸੀ ਉਹਦੀ ਲੰਬਾਈ ਜ਼ਿਆਦਾ ਸੀ ਇੱਕ ਟੁਕੜੇ 'ਚੋਂ ਪ੍ਰਿੰਟ ਨਹੀਂ ਸੀ ਹੋਇਆ ਅਤੇ ਆਹ ਜਿਹੜਾ ਹੁਣ ਬਣਾਉਂਦਾ ਇਹਦਾ ਹਜੇ ਮੈਂ ਕੁਛ ਸੋਚਿਆ ਨਹੀਂ ਗਾ ਦੇਖਦੇ ਹਾਂ ਚਲੋ ਅੱਗੇ ਤੁਹਾਨੂੰ ਆਉਣ ਵਾਲੇ ਟਾਈਮ 'ਚ ਪਤਾ ਲੱਗ ਜੂਗਾ ਜੋ ਵੀ ਹੋਊਗਾ ਜਿਵੇਂ ਵੀ ਹੋਊਗਾ ਇਹਨਾਂ ਨੂੰ ਹੁਣੇ ਕੁ ਮੈਂ ਨਾ ਉੱਤੇ ਰੱਖਦਾ ਉਦੋਂ ਪਹਿਲਾਂ ਇੱਕ ਰੀਲ ਸ਼ੂਟ ਕਰਨੀ ਹੈ ਮੈਂ ਕਿਹਾ ਚੱਲ ਅੱਜ ਟਰਾਲਿਆਂ ਦੀ ਰੀਲ ਸ਼ੂਟ ਕਰਦੇ ਹਾਂ ਸਾਰੇ ਖੜੇ ਨੇ ਇੱਥੇ ਥੱਲੇ ਆਹ ਜਿਹੜੀ ਟਰਾਲੀ ਹੈ ਨਾ ਇਹ ਬਣੀ ਆ ਸਨ ਬੋਰਡ ਦੀ ਸਾਰੀ ਹੋਈ ਟੋਟਲੀ ਟਰਾਲੀ ਜਿਹੜੀ ਆ ਸਨ ਬੋਰਡ ਦੀ ਬਣੀ ਹੋਈ ਹੈ ਆਹ ਦੇਖੋ ਥੱਲੋਂ ਲੈ ਕੇ ਉੱਤੋਂ ਤੱਕ ਸਨ ਬੋਰਡ ਹੀ ਸਨ ਬੋਰਡ ਹੈ ਇਹਦੇ 'ਚ ਲਾਈਟਾਂ ਵੀ ਲਾਈਆਂ ਹੋਈਆਂ ਨੇ ਵੈਸੇ ਤਾਂ ਮੈਂ ਅਤੇ ਚੀਜ਼ ਤਾਂ ਮੈਂ ਆਪਦੇ ਨਾਲ ਪੂਰੀ ਗਾਡਰ ਬਣਾਈ ਸੀਗੀ ਪਰ ਨਾ ਇਹਦੇ 'ਚ ਗਾਡਰ ਕਮਜ਼ੋਰ ਲੱਗੇ ਨੇ ਅਤੇ ਮੈਂ ਸੋਚਣ ਲਿਆ ਕਿ ਇਹਦੇ ਵਿੱਚ ਵੀ ਨਾ ਥੋੜ੍ਹੇ ਜਿਹੇ ਚੇਂਜਸ ਕਰਦਾ ਵਾਂ ਕਿਉਂਕਿ ਨਾ ਇਹ ਟਰਾਲੀ ਵੀ ਆਉਣ ਵਾਲੇ ਟਾਈਮ 'ਚ ਆਪਾਂ ਇਹ ਤਾਂ ਹੈ ਨਹੀਂ ਗਾ ਕਿ ਬਿਲਕੁਲ ਹੀ ਨਹੀਂ ਯੂਜ਼ ਕਰਨੀ ਵੀ ਥੋੜ੍ਹਾ ਜਿਹਾ ਲੋਡ ਇਹਦੇ 'ਤੇ ਵੀ ਪਾਉਣਾ ਹੈ ਆਉਣ ਵਾਲੇ ਟਾਈਮ 'ਚ ਜਿਵੇਂ ਹੋ ਸਕਦਾ ਮੈਂ ਕਰਨ ਦਿਆਂ ਵਾਂ ਪਲੈਨ ਕਿ ਇਹਦੇ ਉੱਤੇ ਵੀ ਵਿੱਢ ਲਾ ਕੇ ਨਾ ਇਹਦੇ 'ਚ ਵੀ ਝੋਨਾ ਭਰਦਾ ਠੀਕ ਹੈ ਝੋਨੇ ਦਾ ਜ਼ਿਆਦਾ ਵਜ਼ਨ ਨਹੀਂ ਹੁੰਦਾ ਅਤੇ ਉਹ ਮੈਂ ਪਲੈਨ ਕਰਨ ਦਿਆਂ ਵਾਂ ਉਹਦੇ ਵਾਸਤੇ ਫਿਰ ਨਾ ਆਪਾਂ ਨੂੰ ਥੱਲੋਂ ਇਹਨੂੰ ਥੋੜ੍ਹਾ ਜਿਹਾ ਮਜ਼ਬੂਤ ਕਰਨਾ ਪੈਣਾ ਹੋਰ ਕਿਉਂਕਿ ਇਹ ਜ਼ਿਆਦਾ ਮਜ਼ਬੂਤ ਹੈ ਨਹੀਂ ਪ੍ਰੋਪਰ ਸਾਰੀ ਸਨ ਬੋਰਡ ਹੈ ਅਤੇ ਮੈਂ ਸੋਚਣ ਦਿਆਂ ਕਿ ਇਹਦੇ ਵਿੱਚ ਗਾਡਰ ਚੇਂਜ ਕਰਦਾ ਜਾਂ ਇਸ ਰੋਕ ਦੀਆਂ ਸਪੋਰਟਾਂ ਲਾ ਦਾਂ ਵਿੱਚ ਠੀਕ ਆ ਅਤੇ ਆਹ ਜਿਹੜੇ ਟਾਇਰ ਨੇ ਇਹਨਾਂ ਦੀ ਵੀ ਸੈਟਿੰਗ ਕਰਨੀ ਪੈਣੀ ਹੈ ਕਿਉਂਕਿ ਟਾਇਰਾਂ ਦੀ ਜਿਹੜੀਆਂ ਸ਼ਾਫਟਾਂ ਨੇ ਉਹ ਕਮਜ਼ੋਰ ਨੇ ਬਹੁਤ ਜ਼ਿਆਦਾ ਅਤੇ ਜ਼ਿਆਦਾ ਲੋਡ ਆਉਣ ਦੇ ਨਾਲ ਇਹ ਟਾਇਰ ਇੱਦਾਂ ਹਿੱਸੇ ਦੇ ਨਾਲ ਲੱਗ ਜਾਂਦੇ ਇੱਦਾਂ ਆਹ ਦੇਖੋ ਇੱਥੇ ਅਤੇ ਯਾਨੀ ਕਿ ਮੁੱਕ ਦੀ ਗੱਲ ਇਹ ਆ ਕਿ ਆਪਾਂ ਨੂੰ ਆਹ ਟਰਾਲੀ ਵੀ ਥੋੜ੍ਹੀ ਜਿਹੀ ਅਪਗ੍ਰੇਡ ਕਰਨੀ ਪੈਣੀ ਹੈ ਅਤੇ ਆਹ ਲਾਈਟਾਂ ਲੂਟਾਂ ਜੀਆਂ ਸਾਰੀਆਂ ਮੈਂ ਲਾ ਦਾਂਗਾ ਇਹ ਪੁਰਾਣੇ ਟਾਈਮ ਦੇ ਚੋਚਲੇ ਸੀਗੇ ਰਾਤ ਨੂੰ ਸ਼ੂਟ ਕਰਨੀ ਨਹੀਂ ਸੀ ਹੁੰਦੀ ਅਤੇ ਫਿਰ ਵੀ ਲਾਈਟਾਂ ਲਾ ਕੇ ਰੱਖੀਆਂ ਸੀ ਮੈਂ ਟਰਾਲੀ 'ਤੇ ਇਹਨਾਂ ਮੈਂ ਦੇਖਦਾ ਹੁਣ ਅੱਜ ਤਾਂ ਨਹੀਂ ਹੋਣਾ ਕੰਮ ਕੱਲ੍ਹ ਮੈਂ ਇਹਦੇ 'ਤੇ ਵੀ ਕੰਮ ਕਰਾਂਗਾ ਠੀਕ ਹੈ ਲਾਈਟਾਂ ਲੂਟਾਂ ਲਾ ਕੇ ਸਾਰੀਆਂ ਅਤੇ ਇਹਨੂੰ ਵੀ ਕਰਦੇ ਨੇ ਤਿਆਰ ਆਪਾਂ ਇਹ ਆਪਣੇ ਕਲੈਕਸ਼ਨ ਦੀ ਸਾਹਮਣੋਂ ਵੱਡੀ ਟਰਾਲੀ ਹੈ ਅਤੇ ਮੈਂ ਨਹੀਂ ਚਾਹੁੰਦਾ ਇਹ ਟਰਾਲੀ ਖਰਾਬ ਹੋਵੇ ਅਤੇ ਇਸ ਕਰਕੇ ਨਾ ਇਹ ਟਰਾਲੀ 'ਚ ਆਪਾਂ ਨਿੱਕੀਆਂ ਮੋਟੀਆਂ ਜਿੰਨੀਆਂ ਵੀ ਮੋਡੀਫਿਕੇਸ਼ਨਾਂ ਹੋਣੀਆਂ ਉਹ ਕਰਕੇ ਇਹਦਾ ਜਿਹੜਾ ਐਕਸਲ ਹੈ ਉਹ ਵੀ ਕੋਸ਼ਿਸ਼ ਕਰਾਂਗਾ ਕਿ ਥੋੜ੍ਹਾ ਜਿਹਾ ਐਡਜਸਟੇਬਲ ਬਣ ਜੇ ਠੀਕ ਹੈ ਕਰਕੇ ਇਹਨੂੰ ਵੀ ਤਿਆਰ ਕਰਦੇ ਹਾਂ ਆਹ ਟਰਾਲੀ ਬਾਈ ਸੋਹਣੀ ਵੀ ਲੱਗਦੀ ਆਪਣੇ ਟ੍ਰੇਟਰ ਮਗਰ ਕਿਉਂਕਿ ਨਾ ਇਹਦਾ ਜਿਹੜਾ ਵਿੱਡ ਹੈ ਵਿੱਡ ਕਹਿ ਲਓ ਆਹ ਡਾਲਾ ਕਹਿ ਲਓ ਠੀਕ ਹੈ ਇਹ ਬਾਹਲਾ ਵੱਡਾ ਨਹੀਂ ਗਾ ਉਹ ਟਰਾਲੀ ਦੇ ਮੁਕਾਬਲੇ ਦੇਖੋ ਇਹਦਾ ਡਾਲਾ ਜਿਹੜਾ ਉਹ ਬਾਹਲਾ ਵੱਡਾ ਨਹੀਂ ਗਾ ਇਸ ਕਰਕੇ ਵੇਖਣ 'ਚ ਸੋਹਣੀ ਲੱਗਦੀ ਟ੍ਰੇਟਰ ਦੇ ਮਗਰ ਇਹ ਆਹ ਦੇਖੋ ਅਤੇ ਆਹ ਤੁਸੀਂ ਵੇਖ ਲਓ ਟਰਾਲੀ ਦੀ ਲੰਬਾਈ ਬਹੁਤ ਹੈ ਪਰ ਫਿਰ ਵੀ ਵੇਖਣ 'ਚ ਸੋਹਣੀ ਲੱਗਦੀ ਹੈ ਕਿਉਂਕਿ ਇਹਦੀ ਉਚਾਈ ਘੱਟ ਹੈ ਅਤੇ ਇੱਦਾਂ ਦੀ ਮੈਂ ਟਰਾਲੀ ਹੋਰ ਬਣਾਉਣ ਦੀ ਸੋਚਣ ਦਿਆਂ ਵਾਂ ਪਰ ਉਹਦੀ ਲੰਬਾਈ ਮੈਂ ਇੰਨੀ ਕੁ ਰੱਖਾਂਗਾ ਠੀਕ ਹੈ ਉਹ ਬਣਾਵਾਂਗਾ ਫੁੱਲ ਹੈਵੀ 'ਚ ਡਬਲ ਹਿੱਸਾ ਲਾ ਕੇ ਐਂ ਗਾਡਰ ਜੀ ਠੀਕ ਹੈ ਗਾਡਰ ਵੀ ਲਾਵਾਂਗਾ ਅਤੇ ਫਿਲਹਾਲ ਹੁਣ ਆਪਾਂ ਕਰਦੇ ਹਾਂ ਰੀਲ ਵਾਲਾ ਕੰਮ ਇੱਕ ਰੀਲ ਸ਼ੂਟ ਕਰ ਲੈਂਦੇ ਹਾਂ ਸਾਰੇ ਟਰਾਲੇ ਖੜ੍ਹੇ ਹੋਏ ਨੇ ਅਤੇ ਉਦੋਂ ਬਾਅਦ ਫਿਰ ਆਹ ਸਮਾਨ ਸਾਰਾ ਇੱਥੋਂ ਮੈਂ ਚੱਕਾਂਗਾ ਅਤੇ ਆਹ ਦੇਖੋ ਆਹ ਪੱਥਰ ਦੇ ਥੱਲੇ ਇੱਕ ਜਗਾੜ ਰੱਖਿਆ ਹੋਇਆ ਮੈਂ ਅਤੇ ਉਹਦੇ ਬਾਰੇ ਫਿਰ ਆਪਾਂ ਬਾਅਦ 'ਚੋਂ ਗੱਲ ਕਰਦੇ ਹਾਂ ਪਹਿਲਾਂ ਮੈਂ ਛੇਤੀ ਛੇਤੀ ਰੀਲ ਬਣਾ ਲਾ ਇੱਕ ਲਓ ਵੀ ਮੁੰਡਿਓ ਸੀਨ ਇੱਦਾਂ ਕਿ ਰੀਲ ਆਪਾਂ ਕਰ ਲਈ ਇੱਕ ਸ਼ੂਟ ਅਤੇ ਆਹ ਦੇਖ ਲਓ ਇੱਦਾਂ ਖਿਲਾਰੇ ਸੀਗੇ ਆਪਾਂ ਟਰਾਲੇ ਆਪਣੇ ਆਹ ਟਰਾਲਾ ਥੋੜ੍ਹਾ ਜਿਹਾ ਇਕੱਲਾ ਇਕੱਲਾ ਬੋਰਿੰਗ ਜਿਹਾ ਲੱਗਦਾ ਇਸ ਕਰਕੇ ਇਹਦੇ ਉੱਤੇ ਗੋਪੀ ਵਾਲਾ ਝੋਟਾ ਖਿਲਾਰਤਾ ਆਪਾਂ ਉੱਤੋਂ ਲਾ ਕੇ ਠੀਕ ਆ ਅਤੇ ਹੁਣ ਇੱਕ ਕਰਕੇ ਨਾ ਇਹਨਾਂ ਨੂੰ ਰੱਖਦੇ ਹਾਂ ਉੱਤੇ ਟਾਈਮ ਆ ਗਿਆ ਪਰਦਾ ਚੱਕਣ ਦਾ ਇਹਦੇ ਉੱਤੋਂ ਕਹਿੰਦੇ ਥੱਲੇ ਕੀ ਹੈ ਅਤੇ ਉਮੀਦ ਕਰਦਾ ਜਿਹੜੇ ਕੰਮ ਲਈ ਰੱਖਿਆ ਹੈ ਉਹ ਹੋਇਆ ਹੋਊਗਾ ਠੀਕ ਹੀ ਆ ਬਾਕੀ ਓਵਰਆਲ ਦੇਖਿਆ ਜਾਵੇ ਤਾਂ ਤੂੰ ਇੱਕ ਵਾਰੀ ਚੱਲ ਇੱਥੇ ਡਿੱਗਣਾ ਪਈ ਬਸ ਅਤੇ ਆਹ ਦੇਖੋ ਇਹਦੇ ਥੱਲੇ ਸੀਗਾ ਆਹ ਜਗਾੜ ਮੈਂ ਪੀ ਵੀ ਸੀ ਪਾਈਪ ਦੀ ਸ਼ੀਟ ਬਣਾਈ ਸੀ ਅਤੇ ਉਹ ਸਿੱਧੀ ਕਰਨ ਵਾਸਤੇ ਰੱਖੀ ਸੀ ਅਤੇ ਕਾਫੀ ਹੱਦ ਤੱਕ ਸਿੱਧੀ ਹੋ ਵੀ ਗਈ ਹੈ ਇਹਦੋਂ ਜ਼ਿਆਦਾ ਤਾਂ ਹੁਣ ਸਿੱਧੀ ਹੋ ਵੀ ਨਹੀਂ ਸਕਦੀ ਜਾਂ ਤਾਂ ਪ੍ਰੈਸ ਮਾਰਾਂ ਤਾਂ ਹੀ ਹੈ ਬਾਕੀ ਚਲੋ ਬਹੁਤ ਹੈ ਇੰਨੀ ਸਿੱਧੀ ਤਾਂ ਵਾਧੂ ਹੈ ਠੀਕ ਆ ਅਤੇ ਮੌਕੇ 'ਤੇ ਪਲੈਨ ਹੈ ਇਸੇ ਸ਼ੀਟ ਨਾਲ ਕਟਿੰਗ ਵਗੈਰਾ ਕਰਕੇ ਆਹ ਜਿਹੜਾ ਆਪਣਾ ਪ੍ਰੋਜੈਕਟ ਹੈ ਨਵਾਂ ਇਹਦੇ 'ਤੇ ਕੰਮ ਕਰਨਾ ਠੀਕ ਹੈ ਯਾਨੀ ਕੱਟ ਵੱਢ ਹਜੇ ਕਾਫੀ ਹੋਣੀ ਹੈ ਆਹ ਤਾਂ ਮੈਂ ਸ਼ੀਟ ਪੱਧਰੀ ਕੀਤੀ ਸੀਗੀ
ਤੇ ਹੁਣ ਮੈਂ ਦੇਖਦਾ ਇਹਨੂੰ ਡਿਜ਼ਾਈਨ ਕਰਦਾ ਵਾਂ ਇਹਨੂੰ ਠੀਕ ਹੈ ਵੀ ਮਾਪ ਵਗੈਰਾ ਲੈ ਕੇ ਵੀ ਲੰਬਾਈ ਚੌੜਾਈ ਕਿੰਨੀ ਰੱਖਣੀ ਹੈ ਫਿਰ ਇਹਨੂੰ ਹੋਰ ਵੀ ਸ਼ੇਪ ਦੇਣੀ ਹੈ ਜੇ ਪਰ ਉਹ ਮੈਂ ਸੋਚਣ ਦਿਆਂ ਕਿ ਹਜੇ ਨਹੀਂ ਦਿੰਦੇ ਆਪਾਂ ਸ਼ੇਪ ਕਿਉਂਕਿ ਆਪਾਂ ਵੀਡੀਓ ਸ਼ੂਟ ਕਰਨੀ ਇਹਦੇ ਨਾਲ ਇਸ ਕਰਕੇ ਵੇਟ ਕਰਾਂਗੇ ਅਤੇ ਮੈਂ ਦੇਖਦਾ ਕੱਲ੍ਹ ਇਹਦੇ 'ਤੇ ਨਾ ਸ਼ੂਟਿੰਗ ਵਾਲਾ ਕੰਮ ਵੀ ਸ਼ੁਰੂ ਕਰਦੇ ਹਾਂ ਜਿੰਨਾ ਅਸੈਂਬਲ ਹੋ ਗਿਆ ਜਗਾੜ ਇਹਨੂੰ ਅਸੈਂਬਲ ਕਰਦੇ ਹਾਂ ਜੀ ਇੱਕ ਵੀਡੀਓ ਸ਼ੂਟ ਕਰਕੇ ਉਦੋਂ ਬਾਅਦ ਫਿਰ ਅੱਗੇ ਕੰਟੀਨਿਊ ਕੰਮ ਕਰਦੇ ਹਾਂ ਇਹਦੇ ਉੱਤੇ ਠੀਕ ਆ ਅਤੇ ਕਮੈਂਟ ਆ ਰਹੇ ਸੀ ਕਿ ਟਰੈਕਟਰ ਨੂੰ ਸਿੰਗਲ ਟਾਇਰ ਕਰੋ ਡਬਲ 'ਚ ਸੋਹਣਾ ਨਹੀਂ ਲੱਗਦਾ ਪਿਆ ਅਤੇ ਆਪਣੇ ਕਲੈਕਸ਼ਨ 'ਚ ਕੋਈ ਵੀ ਇੱਦਾਂ ਦਾ ਟਰੈਕਟਰ ਨਹੀਂ ਜਿਹਨੂੰ ਡਬਲ ਟਾਇਰ ਪਾਏ ਹੋਣ ਅਤੇ ਆਪਣਾ ਇਕਲੌਤਾ ਕਲੈਕਸ਼ਨ ਦਾ ਟਰੈਕਟਰ ਹੈ ਜਿਹਨੂੰ ਡਬਲ ਟਾਇਰ ਪਾਏ ਹੋਏ ਨੇ ਅਤੇ ਵੇਖਣ 'ਚ ਮੈਨੂੰ ਪਰਸਨਲੀ ਸੋਹਣੇ ਵੀ ਲੱਗਦੇ ਪਏ ਨੇ ਠੀਕ ਆ ਅਤੇ ਜਦੋਂ ਅਗਲੇ ਵੀ ਇਹਨੂੰ ਡਬਲ ਪੈ ਗਏ ਨਾ ਉਦੋਂ ਹੋਰ ਵੇਖਣ 'ਚ ਸੋਹਣੇ ਲੱਗਣਗੇ ਇਸ ਕਰਕੇ ਫਿਲਹਾਲ ਤਾਂ ਆਪਾਂ ਇੱਦਾਂ ਹੀ ਰੱਖਾਂਗੇ ਇਹਨੂੰ ਟਾਇਰ ਨਹੀਂ ਚੇਂਜ ਕਰਦੇ ਕਿਉਂਕਿ ਟਾਇਰ ਪ੍ਰਿੰਟ ਕਰ ਕਰ ਰੱਖੀ ਜਾਈਦੇ ਨੇ ਪਾਈ ਦੇ ਹੈ ਨਹੀਂ ਇੱਧਰ ਬਾਲਟੀਆਂ ਭਰੀਆਂ ਪਈਆਂ ਟਾਇਰਾਂ ਦੀਆਂ ਇਸ ਕਰਕੇ ਇੱਕ ਵਾਰੀ ਤਾਂ ਆਹੀ ਟਾਇਰ ਚੱਲਣਗੇ ਅਤੇ ਇਹਦੇ 'ਤੇ ਮੇਨ ਜਿਹੜਾ ਕੰਮ ਹੈ ਨਾ ਸਾਹਮਣੇ ਨਾਲ ਔਖਾ ਉਹ ਆ ਕਰੋਸ ਆ ਜਿਹੜਾ ਇਹਦੇ ਕਰੋਸ ਲੱਗਾ ਹੋਇਆ ਐਡੇ ਸਾਈਜ਼ ਦਾ ਕਰੋਸ ਮਿਲਦਾ ਨਹੀਂ ਪਿਆ ਨਿੱਕੇ ਸਾਈਜ਼ ਦਾ ਅਤੇ ਮੈਨੂੰ ਕਰੋਸ ਚਾਹੀਦਾ ਅਤੇ ਉਹਦਾ ਹੀ ਮੈਂ ਜਗਾੜ ਲਾਉਣ ਦਿਆਂ ਵਾਂ ਦੇਖੋ ਜੇ ਲੱਗ ਗਿਆ ਜਗਾੜ ਤਾਂ ਫਿਰ ਆਪਾਂ ਛੇਤੀ ਹੋਈ ਐਕਸਲੇਨ ਦਾ ਕਰ ਦਾਂਗੇ ਅਪਗ੍ਰੇਡ ਅਤੇ ਬਾਕੀ ਮੈਂ ਸਵੇਰੇ ਤੁਹਾਨੂੰ ਦੱਸ ਹੀ ਦਿੱਤਾ ਸੀ ਕਿ ਇੱਕ ਐਕਸਟਰਾ ਮੈਂ ਐਕਸਲੇਨ ਦੇ ਵਾਸਤੇ ਪ੍ਰਿੰਟ ਕਰਾਂਗਾ ਛੇਤੀ ਹੋਈ ਅਤੇ ਹੁਣ ਇਸ ਤੋਂ ਬਾਅਦ ਮੈਂ ਥੋੜ੍ਹਾ ਡਿਜ਼ਾਈਨਿੰਗ ਵਾਲਾ ਕੰਮ ਕਰਦਾ ਕੰਪਿਊਟਰ 'ਤੇ ਆਪਣੇ ਇਸ ਨਵੇਂ ਪ੍ਰੋਜੈਕਟ 'ਤੇ ਪਲੱਸ ਉਸਦੇ ਨਾਲ ਹੀ ਆਪਣਾ ਸੁਪਰ ਸੀਡਰ ਹੈ ਜਿਹੜਾ ਉਹਦੇ 'ਤੇ ਵੀ ਕੰਮ ਕਰਨਾ ਹੈ ਯਾਨੀ ਕਿ ਪ੍ਰੋਜੈਕਟ ਇਕੱਠੇ ਕਾਫੀ ਨਿੱਕੇ ਨਿੱਕੇ ਸ਼ੁਰੂ ਕਰ ਲਏ ਨੇ ਬਾਕੀ ਕੋਈ ਦਿੱਕਤ ਨਹੀਂ ਗੀ ਹੌਲੀ ਹੌਲੀ ਇਹ ਕਰ ਲਾਂਗੇ ਸੋਲਵ ਆਪਾਂ ਠੀਕ ਹੈ ਇੱਕ ਇੱਕ ਕਰਕੇ ਸਟੈਪ ਬਾਏ ਸਟੈਪ ਸਾਰਿਆਂ 'ਤੇ ਕੰਮ ਕਰ ਲਾਂਗੇ ਅਤੇ ਬਾਹਰ ਵੀਡੀਓ ਸ਼ੂਟ ਕਰਨ ਦਾ ਵੀ ਪਲੈਨ ਹੈ ਉਹ ਮੈਂ ਦੇਖਦਾ ਜੇ ਸਵੇਰੇ ਸ਼ੂਟ ਹੋ ਗਈ ਸਵੇਰੇ ਕਰਦੇ ਹਾਂ ਨਹੀਂ ਤਾਂ ਫਿਰ ਪਰਸੋਂ ਪੱਕਾ ਸ਼ੂਟ ਕਰਾਂਗੇ ਕਿਉਂਕਿ ਪਰਸੋਂ ਕੰਬਾਈਨ ਵੀ ਲੱਗਣੀ ਹੈ ਚਲੋ ਕੋਈ ਨਹੀਂ ਦੇਖਦੇ ਹਾਂ ਜਿਵੇਂ ਵੀ ਹੋਊਗੀ ਸੈਟਿੰਗ ਜੋ ਵੀ ਬਣੂਗਾ ਤੁਹਾਨੂੰ ਅੱਗੇ ਪਤਾ ਲੱਗ ਜੂ ਆਉਣ ਵਾਲੇ ਵਲੋਗਾਂ ਦੇ ਵਿੱਚ ਅਤੇ ਆਹ ਵਲੋਗ ਫਿਰ ਆਪਣਾ ਇੱਥੋਂ ਤੱਕ ਹੀ ਆ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜਿਹੜੇ ਵੀ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ ਠੀਕ ਹੈ ਜੀ ਓਕੇ ਬਾਏ ਟਾਟਾ।